ਸਜਦਨੇ ਖੰਡ ਸਜੇ ਬ੍ਰਹਮੰਡ ਸਜਦਨੇ ਲੋ ਸਜੇ ਆਕਾਰ ਸਜਦਨੇ ਕਰਨੇ ਸਭ ਵਿਚਾਰ ਸਚਾ ਤੇਰਾ ਅੰਮ੍ਰਿਤ ਦੀ ਮਾਨ ਸਚਾ ਤੇਰਾ ਮੁਸਤ ਪ੍ਰਮਾਨ ਸਜਾ ਤੇਰਾ ਕਰ ਸਚਾ ਨਿਸ਼ਾਨ ਸਜਤ ਦਾ ਕਰ ਕਰੂੰ ਸਜੇ ਸਤਾਨ ਸਚੇ ਸਭ ਸੁਣ ਸਜੀ ਤੇਰੀ ਸਿਰ ਸਜੀ ਸਾਰਾਏ ਸਜੀ ਤੇਰੀ ਕੁਦਰਤ ਸਜੇ ਪਾਸਾ ਨਾਨਕ ਸਜਣ ਸਚ ਜੋ ਮਰ ਜਮੈ ਸੋ ਕਚ ਕਚ ਵੱਲ ਪਹਿਲਾ ਵੱਡੀ ਬੜਾਈ ਵੱਡਾ ਨਾ ਵੱਡੀ ਬੜਾਈ ਸਜਣਿਆ ਵੱਡੀ ਬੜਾ ਨਿਜਲਤਾ ਵੱਡੀ ਬੜਾਈ ਜਾਣੇ ਲਾ ਵੱਡੀ ਬੜਾਈ ਤੁਝੇ ਸਪਾ ਵੱਡੀ ਬੜਾਈ ਪੁੱਛਦਾ ਸਿਆਣੇ ਰਾਸ ਨਾਨਕ ਗੁਰੂ ਜਾਣੀਏ ਜਾਗੋ ਆਪ ਕਰੇ ਬਲਗਾਸ ਬੋਲੇ ਨਾਨਕ ਦਿਓ ਆਏ ਤੈ ਲਿਖਣਾ ਵੈ ਧਰਮ ਵਾਲਿਆਂ ਤੇ ਸੱਚੇ ਹੀ ਸਜਣੇ ਪਿੜੇ ਚੁਣ ਮੱਖ ਕਰੇ ਜਗਮਾ ਲਿਆ ਕੌਣ ਪਾਇਨ ਕੂੜਿਆ ਮੋਕਾ ਲੈ ਬੋਲ ਕੇ ਚਾਲਿਆ ਤੇਰੇ ਨਾਇਰ ਤੇ ਸਿੱਜਣ ਗਏ ਬਿਸਮਾਤ ਨੇੜਾ ਸਮਾਧੂ ਬਿਸਮਾਤ ਵੇਖੇ ਹਾਜਾ ਜੂ ਵੇ ਗੁੜਾ ਰਿਹਾ ਸਮਾ ਸੰਸਾਰ ਕੁਦਰਤ ਪਤਾ ਲਿਆ ਕਾਸੀ ਕੁਦਰਤ ਸਮਿਆਕਾਰ ਕੁਦਰਤ ਬੇਦ ਪ੍ਰਾਣਕ ਦੇ ਮਾ ਕੁਦਰਤ ਸਰਬ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣੋ ਕੁਦਰਤ ਸਰ ਪਿਆਰ ਕੁਦਰਤ ਜਾਤੀ ਜਿਸੀ ਰੰਗੀ ਕੁਲ ਕੀ ਜਹਾਨੋ ਕੁਦਰਤ ਨੇ ਕੀਆ ਕੁਦਰਤ ਵਧੀਆ ਕੁਦਰਤ ਮਾਰੀਆ ਬਿਮਾਰ ਪਾਣੀ ਵੇ ਸੰਤਰੇ ਕੁਦਰਤ ਦੀ ਸਭ ਤੇਰੀ ਕੁਦਰਤ ਤੂੰ ਕਦਰ ਕਰਤਾ ਬਾਕੀ ਨਹੀਂ ਪਾ
Nine.
Salam, Andre, Tirati, Gurbachan, Gian, Mala, Mela,
ਭੰਡਾਰ ਅੰਮ੍ਰਿਤ ਭਗਤ ਭੰਡਾਰ ਗੁਰ ਸਤਿਗੁਰ ਪਾਸੇ ਰਾਮ ਰਾਜੇ ਗੁਰ ਸਰ ਸਤਿਗੁਰ ਸੱਚਾ ਜੇ ਮਿਲੇ ਤਾਂ ਮਾਸ
ਪਾਏ ਮਾਇਰਾ ਕੋਈ ਰੰਗ ਨਾ ਧੋਏ ਰਾਜ ਕੁਮ ਚਨਾਈਏ ਸੰਬੰਧ ਨੂੰ ਨਾਨਕ ਭਗਤੀ ਦੇ ਰੂਪ ਤੂੜੇ ਸੋਏ ਲਾਪਾ ਦੋਰਾ ਜਮੈ ਤਾਂ ਕੂੜ ਹੋਆ ਸਿਕਦਾਨ ਕਾਮ ਨੇ ਜਦ ਪੁੱਛੀਏ ਵੇਵੇ ਕਰੇ ਵਿਚਾਰ ਗਿਆਨ ਵੀ ਉਹਨੇ ਪਾਏ ਪਰਵਰਦਾਰ ਅੰਦਰੀ ਗਿਆਨ ਅੰਦਰੀ ਗਿਆਨ ਉਹਨੇ ਪਾਏ ਪਰਵਰਦਾਰ ਗਿਆਨੀ ਨੱਚੇ ਵਾਦੇ ਵਾਵੇ ਰੁਕਰੇ ਸਿਗਾਰ ਉਹਦੇ ਕੁਕਾ ਵਜਾ ਗਾ ਜੋ ਦਾ ਕੇ ਵਿਚਾਰ ਮੂਰਖ ਪੰਡਿਤ ਹਕਮਤ ਹੋ ਜਿੱਤੇ ਸਿੰਘ ਕਰੇ ਪਿਆਰ ਧਰਮੀ ਤਨ ਕਰੇ ਗਾ ਵਾਵੇ ਕੇ ਮੋਖ ਤੁਮਾ ਸਿਦਾਵੇ ਜੁਗਤ ਨਾ ਜਾਣੇ ਛੱਡ ਬਹੇ ਕਰਵਾਤ ਸਭ ਪੂਰਾ ਪਵੇ ਕੱਟਣਾ ਕੋਈ ਬਤੂਣ ਵਿੱਚ ਪਾਈਏ ਤੋ ਨਾਲ ਭੁੱਲ ਜਾਓ
Hota
Yeah.
Oh no!
ਆਪੇ ਤੇ ਬਣਿਆਈਆਂ ਆਪੇ ਕਰਮ ਕਰਾਇੰਦਾ ਵੱਡੋ ਵੱਡਾ ਬਰਮੇਨੀ ਸਿਰਸ ਤੁੰਦੀ ਲਾਇੰਦਾ ਉਹਨੂੰ ਪੁੱਠੀ ਜੇ ਕਰੇ ਸਤਾਨਾ ਪਾਇਆ ਨਾ
ਸਹੀ ਨਾ ਲੇਗਾ ਜਿਨ ਮਨ ਵਸਿਆ ਸੋਏ ਪੁਰ ਤੁਰ ਪਨਾਣੇ ਕੌਣ ਵੇ ਹਰ ਲੰਗੇ ਹਰ ਮਸਵਾਰਿਆ ਗੋਡੇ ਮਨ ਮਾਣਿਆ ਲਾਹ ਬੈਠੇ ਕਰ ਪਸਾਰਿਆ ਜੀ ਕਰਮ ਆਉਂਦੇ ਹਰ ਪੁੱਤਣ ਨਾਈ ਹਾਰਿਆ ਗੱਟਰ ਮੈਂ ਸਿਖਾਇਆ ਇੱਕ ਮਹਿਲਤ ਮਰਦ ਮਸਾਰਿਆ ਮੰਗਣ ਪੀਆ ਪੰਡੋ ਵੈ ਦੋਸਤੀ ਪੰਡੋ ਚੱਲਣਾ
ਰਾਜ ਨ ਕੋਏ ਨਾਨ ਪੰਡਵਾਰਾ ਕੁਛ ਜਸੋ ਜਿਤ ਮੁਖ ਸਸਲਾਈ ਹੈ ਪਗਰ ਦੀ ਚਾਰ ਨਾਨਕ ਦੇ ਮੁਖ ਜਲੇ ਦਿਖ ਸਚੈ ਦਰਬਾਰ ਪੜੇ ਸਭ ਵਾਕੇ ਆਪਣਾ After almost a ਗਰੀ ਗਰੀ ਦੇ
ਸਾਈ ਕਰ ਕੁਮਾਨ ਇਤ ਜੋੜੀ ਤਿਨ ਪਾਏ ਕਿ ਵਾਰੀ ਔਰ ਦੂਜੀ ਨਾ ਜਾਣ ਸੋ ਕਰੇ ਜਤ ਸਰਦਾਰ ਸੋ ਕਰੇ ਜਤ ਸਰਦਾਰ ਸ਼ੁਭ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾਲ ਸ੍ਰੀ ਆਸਾ ਜੀ ਦੀ ਵਾਰ ਬੜੇ ਪਿਆਰ ਸਤਿਕਾਰ ਨਾਲ ਭਾਈ ਸਾਹਿਬ ਭਾਈ ਦੀਦਾਰ ਸਿੰਘ ਜੀ ਦੀਦਾਰ ਸਿੰਘ ਜੀ ਸਰਜੀਤ ਸਾਹਿਬ ਜੀ ਅਤੇ ਹਮਦਰਦ ਜੀ ਨੇ ਸੰਪੂਰਨ ਕੀਤੀ ਹੈ। ਬੜੀ ਅਪਾਰ ਬਖਸ਼ਿਸ਼ ਹੋਈ ਹੈ ਸਤਿਗੁਰ ਦੀ ਇਸ ਗ੍ਰਹਿ ਵਿਖੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਚਰਨ ਪਏ ਹਨ ਅਤੇ ਸੰਗਤਾਂ ਜੁੜੀਆਂ ਹਨ। ਸਤਿਗੁਰ ਰਹਿਮਤ ਕਰੇ ਸਾਰੇ ਪਰਿਵਾਰ ਨੂੰ ਚੜ੍ਹਦੀਆਂ ਕਲਾ ਹਰਮਾ ਫਤਿਹ ਬਖਸ਼ਿਸ਼ ਕਰੇ। ਇਸੇ ਤਰ੍ਹਾਂ ਸਤਿਗੁਰ ਅਪਾਰ ਬਖਸ਼ਿਸ਼ ਕਰਦੇ ਰਹਿਣ ਅਤੇ ਸਮਾਗਮ ਸਤਿਗੁਰ ਦੀ ਕਿਰਪਾ ਨਾਲ ਹੁੰਦੇ ਰਹਿਣ ਅਤੇ ਇਸ ਸੁਭਾਗੇ ਸਮੇਂ 'ਤੇ ਸਾਡੇ ਮਾਨਯੋਗ ਜਥੇਦਾਰ ਸਾਹਿਬ ਗਿਆਨੀ ਅਮਰ ਸਿੰਘ ਜੀ ਅਤੇ ਗਿਆਨੀ ਕਰਤਾਰ ਸਿੰਘ ਜੀ ਜੋ ਹਮਦਰਦ ਸਾਹਿਬ ਜੀ ਦੇ ਵੱਡੇ ਭਾਈ ਸਾਹਿਬ ਹਨ ਉਹਨਾਂ ਨੇ ਵੀ ਸਤਿਗੁਰੂ ਦੀ ਹਜ਼ੂਰੀ ਦਾ ਨਿੱਘ ਮਾਣਿਆ ਹੈ, ਬੈਠ ਕੇ ਰੌਣਕ ਨੂੰ ਵਧਾਇਆ ਹੈ। ਸਤਿਗੁਰੂ ਦੀ ਰਹਿਮਤ ਹੈ ਤਾਂ ਭਾਈਆਂ ਦਾ ਆਪਸ ਵਿੱਚ ਹੀ ਬੜਾ ਜਨਮ ਤੋਂ ਹੀ ਪਿਆਰ ਹੈ। ਬੜਾ ਲੰਬਾ ਅਰਸਾ ਆਪ ਜੀ ਨੇ ਸਤਿਗੁਰੂ ਦੀ ਬਾਣੀ ਦਾ ਕੀਰਤਨ ਔਰ ਢਾਡੀ ਵਾਰਾਂ ਗਾ ਕੇ ਸਿੱਖ ਸੰਗਤਾਂ ਦੀ ਸੇਵਾ ਕੀਤੀ ਹੈ ਅਤੇ ਦਾਣੇ ਪਾਣੀ ਦੀ ਖੇਡ ਕੁਝ ਪੂਰਲੇ ਭਾਗਾਂ ਦੀ ਗੱਲ ਸੀ ਅਤੇ ਹਮਦਰਦ ਜੀ ਇੰਗਲੈਂਡ ਵਿੱਚ ਚਲੇ ਗਏ ਅਤੇ ਇਹ ਦੋਨੋਂ ਵੱਡੇ ਭਾਈ ਸਾਹਿਬ ਇੱਥੇ ਹੀ ਗਾਹੇ ਵਗਾਹੇ ਸੰਗਤਾਂ ਦੀ ਸੇਵਾ ਕਰਦੇ ਰਹਿੰਦੇ ਹਨ। ਬੜਾ ਪਿਆਰ ਬਣਿਆ ਹੋਇਆ ਹੈ ਅਤੇ ਸੀਤਲ ਸਿੰਘ ਅਤੇ ਪ੍ਰੀਤਮ ਸਿੰਘ ਜੀ ਜੋ ਹਮਦਰਦ ਸਾਹਿਬ ਜੀ ਦੇ ਨਾਨਕਿਆਂ ਵੱਲੋਂ ਵੀਰ ਸਿੰਘ ਜੀ ਨਾਨਕਿਆਂ ਵੱਲੋਂ ਰਿਸ਼ਤੇਦਾਰ ਹਨ ਉਹ ਇੱਥੇ ਆਏ ਹਨ ਪਿੰਡ ਭਜੋਏ ਤੋਂ। ਉਹਨਾਂ ਵੀ ਸਤਿਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਸਤਿਗੁਰੂ ਦੀ ਕਦਮ ਬੋਸੀ ਕੀਤੀ ਹੈ, ਹਜ਼ੂਰੀ ਵਿੱਚ ਬਾਣੀ ਗੁਰੂ ਜੀ ਦਾ ਰਸ ਮਾਣਿਆ ਹੈ ਅਤੇ ਸਤਿਗੁਰੂ ਰਹਿਮ ਕਰੇ ਇਸੇ ਤਰ੍ਹਾਂ ਸਾਰੇ ਪਰਿਵਾਰ ਦਾ ਪਿਆਰ ਬਣਿਆ ਰਹੇ। ਗਿਆਨੀ ਚੰਨਣ ਸਿੰਘ ਜੀ ਸਾਹਿਬ ਅਤੇ ਉਹਨਾਂ ਦੇ ਸਾਹਿਬਜ਼ਾਦੇ ਦੂਰੇ ਨਜ਼ਰ ਗਿਆਨੀ ਕੁਲਦੀਪ ਸਿੰਘ ਜੀ ਅਤੇ ਹੋਰ ਸਾਰਾ ਪਰਿਵਾਰ ਜੁੜਿਆ ਹੈ ਅਤੇ ਸਤਿਗੁਰੂ ਇਸੇ ਤਰ੍ਹਾਂ ਸਾਰੇ ਪਰਿਵਾਰ ਦਾ ਪਿਆਰ ਬਣਿਆ ਰੱਖੇ, ਆਪਸ ਵਿੱਚ ਹੀ ਪਰਸਪਰ ਪਿਆਰ ਬਣਿਆ ਰਹੇ, ਚੜ੍ਹਦੀਆਂ ਕਲਾ ਰਹਿਣ ਸਾਰੇ ਪਰਿਵਾਰਾਂ ਦੀਆਂ। ਸਤਿਗੁਰੂ ਆਪਣੀ ਬਾਣੀ ਦਾ ਇਸੇ ਤਰ੍ਹਾਂ ਪਿਆਰ ਬਖਸ਼ਿਸ਼ ਕਰਨ ਅਤੇ ਸਾਰਾ ਪਰਿਵਾਰ ਇਸੇ ਤਰ੍ਹਾਂ ਸਦਾ ਹੀ ਜੁੜ ਕੇ ਬੈਠਦਾ ਰਹੇ ਅਤੇ ਸਤਿਗੁਰੂ ਦੀ ਗੋਦੀ ਦਾ ਰਸ ਮਾਣਦਾ ਰਹੇ। ਬੜੀ ਅਪਾਰ ਬਖਸ਼ਿਸ਼ ਸਤਿਗੁਰੂ ਦੀ ਹੋਈ ਹੈ ਅਤੇ ਸਤਿਗੁਰੂ ਨੇ ਇਸ ਗ੍ਰਹਿ ਵਿਖੇ ਚਰਨ ਪਾਏ ਹਨ। ਸਤਿਗੁਰੂ ਰਹਿਮਤ ਕਰੇ ਪਰਿਵਾਰ ਦੀਆਂ ਸ਼ੁਭ ਮਨੋਕਾਮਨਾ ਭਾਵਨਾ ਪੂਰਨ ਕਰੇ ਜੋ ਸਾਡੇ ਬਾਕੀ ਜੀਵ ਸਾਡੇ ਭੈਣ ਚੰਨਣ ਕੌਰ ਜੀ ਅਤੇ ਸਰਦਾਰ ਭੁਪਿੰਦਰ ਸਿੰਘ ਜੀ ਅਤੇ ਸਤਵਿੰਦਰ ਸਿੰਘ ਜੀ ਅਤੇ ਹੋਰ ਬੱਚੀਆਂ ਰਾਜਵਿੰਦਰ ਕੌਰ ਅਤੇ ਰਾਜਪਾਲ ਨਵੇਂ ਨਾਂ ਗੜਦਾ ਰਾਜਪਾਲ ਕੌਰ ਅਤੇ ਸੁਰਿੰਦਰ ਕੌਰ ਸੁਰਿੰਦਰ ਕੌਰ ਅਤੇ ਕਾਕਾ ਦਵਿੰਦਰ ਸਿੰਘ ਜੀ ਸਾਰਾ ਪਰਿਵਾਰ ਇੰਗਲੈਂਡ ਵਿੱਚ ਹੈ। ਸਤਿਗੁਰੂ ਸਾਰਿਆਂ ਦਾ ਮੇਲ ਮਿਲਾਪ ਰੱਖੇ ਅਤੇ ਚੜ੍ਹਦੀਆਂ ਕਲਾ ਲੰਬੀ ਆਦਿ ਬਖਸ਼ਿਸ਼ ਕਰੇ। ਇਸੇ ਤਰ੍ਹਾਂ ਸਮਾਗਮ ਰੱਖਦੇ ਰਹਿਣ ਅਤੇ ਇਕੱਠੇ ਹੋ ਕੇ ਬੈਠਦੇ ਰਹੀਏ ਅਤੇ ਮੈਂ ਇੰਗਲੈਂਡ ਜਾਊ ਇਸ ਡੁਪਲੀਕੇਟ ਹੋਣਾ ਹੈ ਫਿਲਮ ਅੰਦਰ ਇੰਗਲੈਂਡ ਵਾਲਿਆਂ ਨੂੰ ਵੀ ਜੋ ਸਾਰੇ ਸਾਡੇ ਉੱਥੇ ਪਰਿਵਾਰ ਦੇ ਜੀਵ ਰਹਿੰਦੇ ਹਨ ਉਹਨਾਂ ਨੂੰ ਇਸ ਸਮਾਗਮ ਦੀ ਵਧਾਈ ਦਿੰਦਾ ਹਾਂ ਅਤੇ ਸਾਰਿਆਂ ਨੂੰ ਹੀ ਕਾਕਾ ਜੋਤੀ ਜੀ, ਰਣਵੀਰ ਸਿੰਘ, ਜਸਵੀਰ ਕੌਰ ਅਤੇ ਕਰਮਜੀਤ ਕੌਰ, ਮਾਤਾ ਜੀ ਅਤੇ ਹੋਰ ਸਾਰਿਆਂ ਨੂੰ ਹੀ ਜਿਤਨੇ ਵੀ ਸਾਡੇ ਦੋਸਤ ਮਿੱਤਰ ਹਨ ਸਾਰਿਆਂ ਨੂੰ ਫਤਿਹ ਬੁਲਾਉਂਦੇ ਹਾਂ। ਸਰਦਾਰ ਤੀਰਥ ਸਿੰਘ ਜੀ, ਖਾਸ ਕਰ ਢਿੱਲੋਂ ਸਾਹਿਬ, ਉਹਨਾਂ ਨੂੰ ਵੀ ਭਾਈ ਸਾਹਿਬ ਭਾਈ ਦੀਦਾਰ ਸਿੰਘ ਜੀ ਅਤੇ ਸਾਡੇ ਤੀਰਥ ਸਿੰਘ ਰਾਏ ਫਤਿਹ ਹੈ। ਗਿਆਨੀ ਚਰਨ ਸਿੰਘ ਜੀ ਉਹ ਵੀ ਇਸ ਸਮਾਗਮ ਵਿੱਚ ਬੈਠੇ ਹਨ, ਸਾਡਾ ਸਾਥ ਦੇ ਰਹੇ ਹਨ ਤੇ ਉਹ ਵੀ ਸਾਰੇ ਦੋਸਤਾਂ ਮਿੱਤਰਾਂ ਨੂੰ ਫਤਿਹ ਬੁਲਾਉਂਦੇ ਹਨ। ਹੁਣ ਇੱਥੇ ਹੀ ਸਮਾਪਤੀ ਕਰਦੇ ਹਾਂ। ਸਾਰੇ ਇੰਗਲੈਂਡ ਵਾਲੇ ਸਾਡੀ ਇਹ ਜਾਨ ਆਪਣੇ ਦਿਲ ਵਿੱਚ ਸੰਭਾਲ ਕੇ ਰੱਖਣ ਅਤੇ ਸਤਿਗੁਰੂ ਮਿਹਰ ਕਰੇ ਫਿਰ ਇੰਗਲੈਂਡ ਵਿੱਚ ਜਾ ਕੇ ਦੀਦਾਰ ਕਰਾਂਗੇ। ਉਹਨਾਂ ਚੁੱਕਾ ਮਾਪ ਸਾਰੇ ਦਿਨ ਹੁਣ ਮਿਲ ਕੇ ਇਹਨਾਂ ਸਾਹਿਬ ਦਾ ਪਾਠ ਕਰਾਂਗੇ।
ਮਾਲਾ ਤੀਜਾ ਆਨੰਦ ਕੋਕਾਰ ਸਤ ਪ੍ਰਸਾਦ ਆਨੰਦ ਪਿਆ ਮੇਰੇ ਮਾਂ ਸਰਦਾਰ ਅਜੀਤ ਸਿੰਘ, ਸਰਦਾਰ ਗੁਰਨਾਮ ਸਿੰਘ ਅਤੇ ਗਿਆਨੀ ਸੇਵਾ ਸਿੰਘ ਦੀ ਸੇਵਕ ਜਥੇ ਨੂੰ ਵੀ ਸਾਡੇ ਸਾਰੇ ਜਥੇ ਵੱਲੋਂ ਔਰ ਇੱਥੇ ਜੋ ਸੱਜ ਕੇ ਬੈਠੀਆਂ ਸੰਗਤਾਂ ਉਹਨਾਂ ਸਾਰਿਆਂ ਵੱਲੋਂ ਹੀ ਬਹੁਤ ਬਹੁਤ ਫਤਿਹ ਹੈ। ਹਾਂ, ਸਾਡੇ ਮਾਨਯੋਗ ਸਰਦਾਰ ਕਰਨੈਲ ਸਿੰਘ ਜੀ ਅਤੇ ਭੈਣ ਜਗੀਰ ਕੌਰ, ਉਹਨਾਂ ਨੂੰ ਵੀ ਬਹੁਤ ਬਹੁਤ ਪਿਆਰ ਨਾਲ ਫਤਿਹ, ਅਤੇ ਉਹਨਾਂ ਦੇ ਬੱਚਿਆਂ ਨੂੰ ਬਹੁਤ ਬਹੁਤ ਪਿਆਰ। ਕਈਆਂ ਦੇ ਨਾਂ ਭੁੱਲ ਜਾਂਦੇ ਹਨ, ਅਸੀਂ ਫਿਰ ਵੀ ਸਾਰੇ ਹੀ ਇੰਗਲੈਂਡ ਵਾਸੀਆਂ ਨੂੰ ਫਤਿਹ ਬੁਲਾਉਂਦੇ ਹਾਂ ਕਿ ਸਾਡੀ ਫਤਿਹ ਪ੍ਰਵਾਨ ਕਰਨੀ, ਅਤੇ ਫਿਰ ਸਤਿਗੁਰ ਨੇ ਮਿਹਰ ਕੀਤੀ ਅਤੇ ਜ਼ਰੂਰ ਸਾਰਿਆਂ ਦਾ ਇੰਤਜ਼ਾਰ ਕਰਾਂਗੇ। ਆਓ ਹੁਣ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।